बटाला च आरएसएस भीषम ते वैरागी शाखा वालों सांझे तौर ते श्री राम मंदिर की उसारी वास्ते दान इकट्ठा करन लई जन जागरण प्रभात फेरी का आयोजन किया गया, जिस विच शहर के हिंदू समाज दी हस्तियां वालों शिरकत की गई। ਇਹ ਪ੍ਰਭਾਤ ਫੇਰੀ ਸ਼ਹਿਰ ਦੀਆਂ ਤੰਗ ਗਲੀਆਂ ਵਿੱਚੋਂ ਹੁੰਦੀ ਹੋਈ ਸ਼ਹਿਰ ਦੇ ਕਈ ਸਥਾਨਾਂ ਤੇ ਪਹੁੰਚੀ। ਆਰਐਸਐਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਅਗਰਵਾਲ ਨੇ ਦੱਸਿਆ ਕਿ ਅਯੋਧਿਆ 'ਚ ਬਣ ਜਾ ਰਹੇ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਵਾਸਤੇ ਤਕਰੀਬਨ 1300 ਕਰੋੜ ਰੁਪਏ ਦੀ ਲਾਗਤ ਲੱਗੇਗੀ। ਉਹਨਾਂ ਦੱਸਿਆ ਕਿ ਇਸ ਮੰਦਿਰ 'ਚ ਕਿਤੇ ਵੀ ਸਰੀਏ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਬਲਕਿ ਪੂਰਾ ਮੰਦਿਰ ਪੱਥਰ ਤੇ ਸੀਮਿੰਟ ਨਾਲ ਹੀ ਤਿਆਰ ਹੋਵੇਗਾ। ਅੱਜ ਪ੍ਰਭਾਤ ਫੇਰੀ ਕੱਢੀ ਗਈ ਹੈ, ਕਿਸ ਵਿਸ਼ੇ ਦੇ ਵਿੱਚ ਕੱਢੀ ਗਈ ਹੈ? ਅੱਜ ਦੀ ਪ੍ਰਭਾਤ ਫੇਰੀ ਅਯੋਧਿਆ 'ਚ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦੇ ਨਿਰਮਾਣ ਦੇ ਉਪਲੱਖ 'ਚ ਕੱਢੀ ਗਈ ਹੈ। ਅਖਿਲ ਭਾਰਤੀ ਸਤਰ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ ਔਰ ਵਿਸ਼ਵ ਹਿੰਦੂ ਪਰਿਸ਼ਦ ਮਿਲ ਕੇ ਧਨ ਸੰਗ੍ਰਹਿ ਕਰਨਾ ਔਰ ਇੱਕ ਭਵਿਆ ਮੰਦਿਰ ਦਾ ਨਿਰਮਾਣ ਹੋਵੇ ਔਰ ਇਹ ਭਵਿਆ ਮੰਦਿਰ ਦਾ ਨਿਰਮਾਣ ਹਿੰਦੂ ਸਮਾਜ ਦੁਆਰਾ ਹੋਵੇ। ਇਹਦੇ 'ਚ ਇਹ ਨਹੀਂ ਬਈ ਇੱਕ ਵਿਅਕਤੀ ਦੇ ਦੁਆਰਾ ਬਣੇਗਾ, ਇਹ ਹਿੰਦੂ ਸਮਾਜ ਦੁਆਰਾ ਬਣੇਗਾ ਔਰ ਹਿੰਦੂ ਸਮਾਜ ਇੱਕ ਗਰਵ ਮਹਿਸੂਸ ਕਰੇਗਾ ਕਿ ਜਦੋਂ ਇਹ ਮੰਦਿਰ ਬਣਿਆ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਣਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਇੱਕ ਅਜੂਬਾ ਬਣੇ ਐਸਾ ਮੰਦਿਰ ਦਾ ਨਿਰਮਾਣ ਹੋਣਾ। ਲਗਭਗ 1300 ਕਰੋੜ ਰੁਪਈਆ ਇਸ ਮੰਦਿਰ ਦੇ ਉੱਤੇ ਖਰਚਾਏਗਾ। ਇਸ ਮੰਦਿਰ ਦੇ ਵਿੱਚ ਕਿਤੇ ਵੀ ਸਰੀਏ ਦਾ ਪ੍ਰਯੋਗ ਨਹੀਂ ਹੋਣਾ, ਸਿਰਫ ਪੱਥਰ ਔਰ ਸੀਮਿੰਟ ਦਾ ਪ੍ਰਯੋਗ ਹੋਏਗਾ। 3 ਮੰਜ਼ਿਲਾ ਇਹ ਮੰਦਿਰ ਬਣੇਗਾ ਔਰ ਇਹਦੇ 70 ਏਕੜ ਦੇ ਲਗਭਗ ਇਸ ਦਾ ਜਿਹੜਾ ਖੇਤਰਫਲ ਹੈ ਰਹੇਗਾ ਔਰ ਜਿਹਦੇ ਵਿੱਚ ਲਾਇਬ੍ਰੇਰੀਆਂ, ਸੰਗ੍ਰਹਿਲਿਆ ਔਰ ਚਲ ਚਿੱਤਰ, ਇਸ ਦੇ ਇਲਾਵਾ ਵਿਸ਼ਰਾਮ ਘਰ, ਲੰਗਰ ਹਾਲ ਔਰ ਵੀ ਕਾਫੀ ਕੁਛ ਇੱਥੇ ਮੰਦਿਰ ਦੇ ਬਣਨਾ ਹੈ। ਔਰ ਜਿਹੜਾ 500 ਸਾਲ ਪੁਰਾਣਾ ਕਲੰਕ ਸੀ, ਜਿਹਦੇ ਵਿੱਚ ਲੱਖਾਂ ਲੋਕਾਂ ਨੇ ਬਲੀਦਾਨ ਦਿੱਤੇ ਨੇ ਇਸ ਮੰਦਿਰ ਦੇ ਨਿਰਮਾਣ ਵਾਸਤੇ। 500 ਸਾਲ ਪਹਿਲਾਂ ਬਾਬਰ ਨੇ ਇਸ ਮੰਦਿਰ ਨੂੰ, ਭਗਵਾਨ ਰਾਮ ਦੇ ਇਸ ਮੰਦਿਰ ਨੂੰ ਢਾਹ ਦਿੱਤਾ ਸੀ ਔਰ 1992 ਦੇ ਵਿੱਚ ਜਿਹੜੀ ਮਸਜਿਦ ਉਹਦੇ ਉੱਤੇ ਬਣੀ ਦੀ ਸੀ ਉਹ ਸਾਡੇ ਕਾਰਿਆਕਰਤਾ ਨੇ ਉਹ ਮਸਜਿਦ ਨੂੰ ਢਾਇਆ ਔਰ ਅੱਜ ਉਸ ਮੰਦਿਰ 'ਤੇ ਨਿਰਮਾਣ ਚਾਲੂ ਹੋਏ ਔਰ ਉਹ ਨਿਰਮਾਣ ਜਿਹੜਾ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਏਗਾ ਔਰ ਇੱਕ ਭਵਿਆ ਮੰਦਿਰ ਦਾ ਨਿਰਮਾਣ ਹੋਏਗਾ। ਇਸ ਵਿਸ਼ੇ ਦੇ ਵਿੱਚ ਤੁਸੀਂ ਅੱਜ ਜਿਹੜੀ ਆ ਪ੍ਰਭਾਤ ਫੇਰੀ ਕੱਢੀ ਗਈ ਹੈ ਸ਼ਹਿਰ ਵਾਸੀਆਂ ਦੀ? ਹਾਂ, ਸੰਦੇਸ਼ ਦੇਣ ਲਈ ਲੋਕਾਂ ਨੂੰ ਇੱਕ ਸੰਦੇਸ਼ ਦੇ ਰਹੇ ਹਾਂ ਕਿ ਸਾਡੇ ਕਾਰਿਆਕਰਤਾ ਹਰ ਘਰ 'ਚ ਜਾਣਗੇ, ਜਾ ਕੇ ਇਸ ਮੰਦਿਰ ਦੇ ਨਿਰਮਾਣ ਵਾਸਤੇ ਜੋ ਯਥਾ ਸ਼ਕਤੀ ਯਥਾ ਹਿੰਮਤ ਦੇ ਨਾਲ ਜੋ ਦਾਨ ਦਕਸ਼ਣਾ ਦੇਣਗੇ ਉਹੋ ਹੀ ਦਾਨ ਜਿਹੜਾ ਇਸ ਮੰਦਿਰ ਦੇ ਉੱਤੇ ਲੱਗੇਗਾ। ਇਹ ਕਦੋਂ ਤੋਂ ਸ਼ੁਰੂ ਕਰ ਰਹੇ ਤੁਸੀਂ? ਇਹ 15 ਤਰੀਕ ਤੋਂ ਇਹ ਜਿਹੜਾ ਧਨ ਸੰਗ੍ਰਹਿ ਦਾ ਕਾਰਜਕ੍ਰਮ ਸ਼ੁਰੂ ਹੋ ਗਿਆ। ਠੀਕ ਹੈ ਜੀ, ਇਹ ਕਿੰਨੀ ਤਰੀਕ ਤੱਕ ਚੱਲੇਗਾ? 21 ਫਰਵਰੀ ਤੱਕ ਇਹ ਕਾਰਜਕ੍ਰਮ ਜਾਰੀ ਰਹੇਗਾ। ਨਿਰਮਾਣ ਆਓ ਹਮ ਸਭ ਕਰੇ ਸਮਰਪਿਤ, ਆਓ ਹਮ ਸਭ ਕਰੇ ਸਮਰਪਿਤ, ਆਓ ਹਮ ਸਭ